ਕਿਸਾਨ ਵੀਰੋ, ਅੱਜ 26 ਜਨਵਰੀ 2024 ਆ। ਕਣਕਾਂ 60 ਤੋਂ 80 ਦਿਨ ਦੀਆਂ ਹੋ ਚੁੱਕੀਆਂ। ਮੌਸਮ ਵੀ ਬਹੁਤ ਅਨੁਕੂਲ ਆ, ਠੰਡੇ ਮੌਸਮ ਕਣਕ ਦੇ ਝਾੜ ਲਈ ਬਹੁਤ ਵਧੀਆ ਹੁੰਦਾ। ਪਰੰਤੂ 1 ਮਹੀਨੇ ਤੋਂ ਸੂਰਜ ਨਾ ਨਿਕਲਿਆ, ਕਿਉਂਕਿ ਸੂਰਜ ਦੀ ਰੋਸ਼ਨੀ ਵਿੱਚ ਹੀ ਬੂਟਿਆਂ ਨੇ ਖੁਰਾਕ ਬਣਾਉਣੀ ਹੁੰਦੀ ਆ, ਪੀਲੀਆਂ ਪੈ ਗਈਆਂ। ਹੁਣ ਦੂਸਰਾ ਕਾਰਨ ਆ, ਕਈ ਵਾਰੀ ਨਾ ਆਪਣੇ ਖੇਤ 'ਚ ਪਾਣੀ ਜ਼ਿਆਦਾ ਖੜ ਜਾਂਦਾ। ਤੀਸਰਾ ਕਾਰਨ ਮੈਂ ਗਿਣੂੰਗਾ, ਨਦੀ ਨਾਸ਼ਕਾਂ ਦੀ ਹੱਦ ਤੋਂ ਵੱਧ ਆਪਾਂ ਵਰਤੋਂ ਕਰਦੇ ਹਾਂ। ਇਹ 3 ਕਾਰਨ ਨੇ ਜਿਨ੍ਹਾਂ ਕਰਕੇ ਕਣਕਾਂ ਪੀਲੀਆਂ ਤੇ ਰੋਗੀਆਂ, ਝਾੜ ਤੇ ਬਹੁਤ ਅਸਰ ਪੈਂਦਾ। ਕਿਹੜੀ ਸਪਰੇਅ ਕਰੀਏ ਜਿਹਦੇ ਨਾਲ ਆਪਾਂ ਉਸ ਵਰਾਇਟੀ ਦਾ ਵੱਧ ਤੋਂ ਵੱਧ ਝਾੜ ਪ੍ਰਾਪਤ ਕਰੀਏ? ਤੁਸੀਂ ਆਪਣੇ ਚੈਨਲ ਕਿਸਾਨ ਐਂਡ ਫਾਰਮਿੰਗ ਤੇ ਚੈਨਲ ਨੂੰ ਸਬਸਕ੍ਰਾਈਬ, ਵੀਡੀਓ ਨੂੰ ਸ਼ੇਅਰ, ਲਾਈਕ, ਕਮੈਂਟ ਜ਼ਰੂਰ ਕਰੋ ਜੀ। ਕਿਸਾਨ ਵੀਰੋ, ਸਮੇਂ-ਸਮੇਂ ਖੇਤ ਦਾ ਆਪ ਧਿਆਨ ਰੱਖੋ। ਦੇਖੋ ਜੇ ਤੁਹਾਡੀ ਕਣਕ ਦੀ ਫਸਲ ਦੀਆਂ ਨੋਕਾਂ ਪੀਲੀਆਂ ਸੁੱਕ ਰਹੀਆਂ ਨੇ ਨਾ, ਉੱਪਰੋਂ ਸਲਫਰ ਦੀ ਘਾਟ ਹੁੰਦੀ ਆ। ਜੇ ਪੱਤਿਆਂ ਵਿੱਚ ਪੀਲੇ ਰੰਗ ਦੀਆਂ ਧਾਰੀਆਂ ਨੇ ਤਾਂ ਮੈਗਨੀਜ਼ ਦੀ ਘਾਟ ਆ। ਅਕਸਰ ਹੀ ਖੇਤਾਂ ਦੇ ਵਿੱਚ ਨਾ ਕਣਕ ਦੇ ਵਿੱਚ ਮੈਗਨੀਜ਼ ਸਲਫੇਟ ਦੀ ਘਾਟ ਆਉਂਦੀ ਹੁੰਦੀ ਆ। ਜ਼ਿੰਕ ਦੀਆਂ ਵੀ ਕਮੀਆਂ ਆ ਜਾਂਦੀਆਂ, ਜ਼ਿੰਕ ਨਾਲ ਪੱਤਿਆਂ ਤੇ ਪੀਲੇ ਰੰਗ ਦੇ ਧੱਬੇ ਜਾਂ ਪੱਤੇ ਅਕਸਰ ਟੁੱਟ ਜਾਂਦੇ ਆ। ਇਦਾਂ ਦੀਆਂ ਕਮੀਆਂ ਦੇਖੋ ਕਣਕ ਦੇ ਵਿੱਚ ਆਉਂਦੀਆਂ ਨੇ। ਆਪਾਂ ਕਈ ਵਾਰੀ ਯੂਰੀਆ ਪਾ ਦਿੰਦੇ ਹਾਂ, ਕਣਕ ਫਿਰ ਵੀ ਪੀਲੀ ਰਹਿੰਦੀ ਹੈ। ਇਸ ਵਾਰ ਯੂਨੀਵਰਸਿਟੀ ਦੀ ਰਿਕਮੈਂਡੇਸ਼ਨ ਆ, 7-8 ਕਿਲੋ ਯੂਰੀਆ 100 ਲੀਟਰ ਪਾਣੀ ਦੇ ਵਿੱਚ ਸਪਰੇਅ ਕਰ ਸਕਦੇ ਹੋ। ਸ਼ਰਤ ਵੀ ਇਕੱਲਾ ਯੂਰੀਆ ਹੋਵੇ, ਵਿੱਚ ਕੁਛ ਵੀ ਮਿਕਸ ਨਾ ਕਰੋ। 200 ਲੀਟਰ ਪਾਣੀ ਲੈਂਦੇ ਹੋ ਤਾਂ 15 ਕਿਲੋ ਯੂਰੀਆ ਦਾ ਘੋਲ ਖੇਤ ਦੇ ਵਿੱਚ ਸਪਰੇਅ ਕਰੋਗੇ, ਰਿਜ਼ਲਟ ਤੁਹਾਡੇ ਸਾਹਮਣੇ ਆਉਣਗੇ। ਹੁਣ ਖੇਤ ਨੂੰ ਨਾ ਸਮੇਂ-ਸਮੇਂ ਨਿਰੀਖਣ ਕਰੋ। ਜੇ ਤੁਹਾਡੀ ਫਸਲ ਅਜੇ 70 ਦਿਨਾਂ ਦੇ ਆਈ, 60-70 ਦਿਨਾਂ ਵਾਲੀ ਆ, ਹਜੇ ਨਹੀਂ ਨਿਸ਼ਾਰੇ ਵੱਲ ਝੰਡੇ ਪੱਤੇ ਵੱਲ ਗਈ, ਤੁਸੀਂ ਉਹਦੇ ਵਿੱਚ ਮੈਗਨੀ ਸਲਫੇਟ 30.5% ਹੁੰਦਾ ਬਾਈ ਜੀ, ਉਹ ਲੈ ਸਕਦੇ ਹੋ। ਉਹਦੀ ਡੋਜ਼ ਪ੍ਰਤੀ ਕਿੱਲੇ ਦੀ ਹੁੰਦੀ ਹੈ, 1 ਕਿਲੋ ਤੋਂ ਲੈ ਕੇ 1.5 ਕਿਲੋ ਪ੍ਰਤੀ ਕਿੱਲਾ। ਨੰਬਰ 2 ਤੇ ਉਹਦੇ ਵਿੱਚ ਤੁਸੀਂ ਜ਼ਿੰਕ ਵੀ ਮਿਕਸ ਕਰ ਸਕਦੇ ਹੋ, 21% ਜਾਂ 33%। ਡੋਜ਼ 500 ਗ੍ਰਾਮ ਤੋਂ 700 ਗ੍ਰਾਮ ਪ੍ਰਤੀ ਕਿੱਲਾ। ਉਹਦੇ ਵਿੱਚ ਯੂਰੀਆ ਵੀ ਪਾ ਸਕਦੇ ਹੋ, ਨੈਨੋ ਯੂਰੀਆ ਲੈ ਸਕਦੇ ਹੋ ਜਾਂ ਨੋਰਮਲ ਆਪਾਂ ਖਾਦ ਵਾਲਾ ਯੂਰੀਆ। 3 ਕਿਲੋ ਪ੍ਰਤੀ ਕਿੱਲਾ ਇਹਦੀ ਡੋਜ਼। ਤਿੰਨਾਂ ਨੂੰ ਨਾ ਮਿਕਸ ਕਰਕੇ ਇਹਨਾਂ ਦਾ ਘੋਲ ਬਣਾ ਲਓ, ਫਿਰ ਖੇਤ 'ਚ ਸਪਰੇਅ ਕਰੋ। 2-3 ਦਿਨਾਂ 'ਚ ਹੀ ਖੇਤ ਹਰਾ ਭਰਾ ਹੋਜੂ, ਇਹਦੇ ਨਾਲ ਝਾੜ 'ਤੇ ਬਹੁਤ ਵਧੀਆ ਅਸਰ ਪਊ। 2 ਨੰਬਰ 'ਤੇ ਜਿਹੜੀ ਆਪਾਂ ਸਪਰੇਅ ਕਰਨੀ ਆ, ਜਦੋਂ ਆਪਣੀ ਕਣਕ ਦੀ ਫਸਲ 80-90 ਦਿਨ ਦੀ ਝੰਡੇ ਪੱਤੇ 'ਤੇ ਆ ਜਾਂਦੀ ਆ, NPK 13-0-45 ਜਾਂ 0-52-34, ਦੋਨਾਂ ਵਿੱਚੋਂ ਜਿਹੜਾ ਵੀ NPK ਤੁਹਾਨੂੰ ਮਿਲਦਾ ਜੀ, ਉਹਦੀ ਕਰ ਸਕਦੇ ਹੋ। ਉਹਦੇ ਵਿੱਚ ਬੋਰਨ ਵੀ ਮਿਕਸ ਹੋ ਜਾਂਦਾ ਅਤੇ ਇੱਕ ਫੰਗੀਸਾਈਡ ਵੀ ਪਾ ਸਕਦੇ ਹੋ, ਇਹਦੇ ਵੀ ਰਿਜ਼ਲਟ ਤੁਹਾਨੂੰ ਮਿਲਣਗੇ। ਹੁਣ ਆਹ ਜਿਹੜੇ NPK ਦੱਸੇ, ਇਹਨਾਂ ਦੇ ਵਿੱਚ ਨਾ ਜੀ ਇੱਕ ਤਾਂ ਪੋਟਾਸ਼ ਹੁੰਦਾ, ਪੋਟਾਸ਼ ਬੂਟੇ ਦੀ ਗਰੋਥ ਕਰਨ ਵਿੱਚ ਬਹੁਤ ਵੱਡਾ ਯੋਗਦਾਨ ਹੈ। ਇਹਦੇ ਨਾਲ ਤਣਾ ਵੀ ਮਜ਼ਬੂਤ ਹੁੰਦਾ, ਫਸਲ ਡਿੱਗਦੀ ਨਹੀਂ। ਯੂਰੀਆ ਜ਼ਿਆਦਾ ਪੈ ਜੇ ਕਣਕ ਡਿੱਗ ਪੈਂਦੀ ਹੈ, ਇਹਦੇ ਨਾਲ ਤਣਾ ਸਟਰੋਂਗ, ਕਣਕ ਡਿੱਗਦੀ ਨਹੀਂ, ਫਿਰ ਵੀ ਵਧੀਆ ਝਾੜ ਹੁੰਦਾ। ਜਿਹੜੇ ਤੱਤ ਹੁੰਦੇ ਨੇ, ਤੱਤਾਂ ਨੂੰ ਜੜਾਂ ਬਣੀਓ ਨਾ, ਤਣੇ ਬਣੀਓ ਲੈ ਕੇ ਦਾਣਿਆਂ ਤੱਕ ਲੈ ਕੇ ਜਾਂਦਾ, ਜਿਹਦੇ ਨਾਲ ਦਾਣੇ ਮੋਟੇ ਚਮਕਦਾਰ ਹੁੰਦੇ ਆ, ਮਾਜੂ ਦਾਣਾ ਨਹੀਂ ਹੁੰਦਾ। ਨਸਾਰੇ ਵੇਲੇ ਕਈ ਵਾਰੀ ਟੈਂਪਰੇਚਰ ਹਾਈ ਹੋ ਜਾਂਦਾ ਜਾਂ ਲੋਅ ਹੋ ਜਾਂਦਾ, ਅਜਿਹੇ ਸਮੇਂ ਵੀ ਦਾਣੇ ਮਾਜੂ ਰਹਿ ਜਾਂਦੇ ਆ। ਅਤੇ ਜੇਕਰ ਪੋਟਾਸ਼ ਦੀ ਮਾਤਰਾ ਬੂਟੇ ਦੇ ਵਿੱਚ ਭਰਪੂਰ ਮਾਤਰਾ 'ਚ ਹੋਊ, ਇਹਦੇ ਨਾਲ ਦਾਣੇ ਚਮਕਦਾਰ ਮੋਟੇ ਹੋਣਗੇ, ਟੈਂਪਰੇਚਰ ਨਾਲ ਵੀ ਬੂਟਾ ਟਕਰਾ ਕਰ ਲੈਂਦਾ। ਪੋਟਾਸ਼ ਜ਼ਰੂਰੀ ਤੱਤ ਮੰਨਿਆ ਗਿਆ। ਹੁਣ ਜੇ ਪੋਟਾਸ਼ ਦੇ ਵਿੱਚ ਤੁਹਾਨੂੰ ਨਾਈਟ੍ਰੋਜਨ ਮਿਲ ਰਿਹਾ, ਉਹ ਵੀ ਬਹੁਤ ਗੁਣਕਾਰੀ ਆ। ਨਾਈਟ੍ਰੋਜਨ ਆ ਬੂਟੇ ਦੀ ਗਰੋਥ ਹੁੰਦੀ ਆ। ਆਪਾਂ ਯੂਰੀਆ ਤੱਕ ਹਰ ਫਸਲ 'ਚ ਯੂਰੀਆ 2-2, 3-3 ਵਾਰੀ ਪਾਉਂਦੇ ਹਾਂ। ਯੂਰੀਏ ਨਾਲ ਬੂਟੇ ਦੀ ਗਰੋਥ ਚਮਕ ਹੁੰਦੀ ਆ, ਪੱਤੇ ਵੀ ਚੌੜੇ ਹੁੰਦੇ ਆ, ਸੂਰਜ ਦੀ ਰੋਸ਼ਨੀ ਨਾਲ ਭੋਜਨ ਬਣਾਉਂਦਾ ਬੂਟਾ, ਇਹਦੇ ਨਾਲ ਵੀ ਦੇਖੋ ਝਾੜ ਵਧਣਾ। ਪੋਟਾਸ਼ ਨੂੰ ਵਰਕਿੰਗ ਵੀ ਤੇਜ਼ ਕਰਦਾ ਨਾਈਟ੍ਰੋਜਨ, ਬਹੁਤ ਜ਼ਰੂਰੀ ਮੰਨਿਆ ਜਾਂਦਾ, ਤਾਂ ਹੀ ਕਹਿ ਜਾਂਦਾ ਨਿਸਾਰੇ ਵੇਲੇ ਤੁਸੀਂ 13% ਪਾਉਂਦੇ ਹੋ, ਰਿਜ਼ਲਟ ਇਹਦਾ ਵੀ ਮਿਲਦਾ। ਜੇ ਫਾਸਫੋਰਸ ਪਾ ਦਿੰਦੇ ਹੋ ਨਾ, ਦੇਖੋ ਫਾਸਫੋਰਸ DAP ਜਿਹੜਾ ਆਪਾਂ ਸਟਾਰਟਿੰਗ 'ਚ ਦੇਖੋ ਕਾਫੀ ਮਾਤਰਾ 'ਚ ਪਾਉਂਦੇ ਹੁੰਦੇ ਆ, ਉਹਦੇ ਨਾਲ ਉਹਦੀਆਂ ਜੜ੍ਹਾਂ ਦੀ ਗਰੋਥ, ਬੂਟੇ ਦੀ ਗਰੋਥ ਹੁੰਦੀ ਆ। ਜੇ ਤੁਸੀਂ ਨਿਸਾਰੇ ਵੇਲੇ ਫਾਸਫੋਰਸ ਸਪਰੇਅ ਦੇ ਰੂਪ 'ਚ ਦਿੰਦੇ ਹੋ, ਇਹਦੇ ਨਾਲ ਨਾ ਛਿੱਟੇ ਜਿਹੜੇ ਜਿਹਦੇ ਵਿੱਚ ਦਾਣਾ ਹੁੰਦਾ, ਬੱਲੀਆਂ, ਉਹ ਬਣਾਉਣ ਦੇ ਵਿੱਚ ਫਾਸਫੋਰਸ ਦਾ ਬਹੁਤ ਯੋਗਦਾਨ ਹੁੰਦਾ।
ਜੇ ਤੁਹਾਡੇ ਖੇਤ 'ਚ ਫਾਸਫੋਰਸ ਦੀ ਭਰਪੂਰ ਮਾਤਰਾ ਹੋਊਗੀ, ਜ਼ਿਆਦਾ ਛਿੱਟੇ ਬਣਨਗੇ, ਵੱਡੀਆਂ ਬੱਲੀਆਂ ਬਣਨਗੀਆਂ, ਉਹਦੇ ਵਿੱਚ ਉਹਨੇ ਜ਼ਿਆਦਾ ਦਾਣੇ ਹੋਣਗੇ, ਫਿਰ ਆਪਣਾ ਝਾੜ ਵੱਧਦਾ, ਜ਼ਰੂਰੀ ਤੱਤ ਮੰਨੇ ਜਾਂਦੇ। ਜਿਹੜਾ ਵੀ ਤੁਹਾਨੂੰ ਮਿਲਦਾ ਯਾਰ ਕਰ ਦਿਉ, NPK ਦੀ ਜ਼ਰੂਰ ਕਰੋ। ਮੈਂ ਲਾਸਟ ਵਾਰੀ ਆਪਦਾ ਐਕਸਪੀਰੀਅੰਸ ਦੱਸਦਾ, ਕਿਸੇ ਦੀ ਰਿਕਮੈਂਡੇਸ਼ਨ ਨਹੀਂ, ਮੈਂ 0-52-34 ਦੀ ਸਪਰੇਅ ਕਰੀ ਸੀ, ਉਹਦੇ ਵਿੱਚ ਅਸੀਂ ਨੈਨੋ ਯੂਰੀਆ ਪਿਆ ਸੀ, ਸੋਸਾਇਟੀ ਵਾਲਿਆਂ ਦਾ ਜਿਵੇਂ ਕਹਿੰਦੇ ਧੱਕੇ ਨਾਲ ਦਿੱਤਾ ਹੋਇਆ, ਉਹ ਪਾ ਲਿਆ ਮੈਂ ਥੋੜ੍ਹਾ ਜਿਹਾ, ਉਹਦੇ ਨਾਲ ਬਹੁਤ ਵਧੀਆ ਰਿਜ਼ਲਟ ਆਏ ਬਾਈ ਜੀ। ਹੁਣ ਬੋਰਨ 'ਤੇ ਗੱਲ ਕਰਦੇ ਹਾਂ, ਇਹ ਕੋਈ ਇੰਨਾ ਜ਼ਰੂਰੀ ਤੱਤ ਨਹੀਂ, ਇਹਦਾ ਕੰਮ ਹੁੰਦਾ ਪੋਟਾਸ ਦੀ ਸਪੀਡ ਹੀ ਵਧਾਉਣਾ ਹੁੰਦਾ। ਦੇਖੋ ਜਿੱਥੇ ਹਰੀ ਖਾਦ ਜਾਂ ਕਰਚੇ ਪਰਾਲੀ ਵਿੱਚ ਕੁਤਰੀ ਹੋਈ ਆ ਸੁਪਰ ਸੀਡਰਾਂ ਨਾਲ ਬੀਜਦੇ ਆ, ਉੱਥੇ ਕੋਈ ਜ਼ਰੂਰਤ ਨਹੀਂ, ਫਸਲ ਤੁਹਾਡੀ ਜੇ ਬਹੁਤ ਵਧੀਆ ਇਹਦੀ ਵਰਤੋਂ ਨਾ ਕਰੋ। ਜੇ ਨਾ ਤੁਹਾਨੂੰ ਲੱਗ ਰਿਹਾ ਮੈਂ ਅੱਗ ਲਾਉਣਾ ਕਈ ਸਾਲਾਂ ਤੋਂ ਜਾਂ ਪਰਾਲੀ ਚੁਕਾਉਣਾ, ਉੱਥੇ ਕਰ ਦਿਉ ਜੇ ਕਰਨੀ ਆ, ਇੰਨਾ ਮੈਂ ਇਹਨੂੰ ਜ਼ਿਆਦਾ ਜ਼ਰੂਰੀ ਨਹੀਂ ਮੰਨਦਾ। 5-4 ਸਾਲਾਂ ਤੋਂ ਹੀ ਇਹਦੀ ਮਹੱਤਤਾ ਵਧੀਆ, ਪਹਿਲਾਂ ਤਾਂ ਜਿਹੜੇ ਜ਼ਿਆਦਾ ਸੂਹ ਕਹਿੰਦੇ ਹੁੰਦੇ ਆ ਕਿਸਾਨ ਹੁੰਦੇ ਸੀ, ਉਹੀ ਇਹਦੀ ਵਰਤੋਂ ਕਰਦੇ ਹੁੰਦੇ ਸੀ। ਹੁਣ ਆਪਾਂ ਉੱਲੀ ਨਾਸ਼ਕ ਫੰਗੀ ਸਾਈਡ 'ਤੇ ਗੱਲ ਕਰਦੇ ਹਾਂ। ਦੇਖੋ ਜਨਵਰੀ ਫਰਵਰੀ ਵਿੱਚ ਜੇ ਇੱਕ ਵਧੀਆ ਫੰਗੀ ਸਾਈਡ ਕਰ ਦਿਉ, ਫਾਇਦੇਮੰਦ ਆ। ਇੱਕ ਨਸਾਰੇ ਤੋਂ ਪਹਿਲਾਂ ਕਰ ਦਿਉ, ਇੱਕ ਨਸਾਰੇ ਤੋਂ ਬਾਅਦ। ਜਿਹੜਾ ਨਸਾਰੇ ਤੋਂ ਆਪਾਂ ਪਹਿਲਾਂ ਕਰਨਾ, ਆਹੀ 80-90 ਦਿਨਾਂ 'ਤੇ ਸਪਰੇਅ, ਤੁਹਾਨੂੰ ਰਿਕਮੈਂਡੇਸ਼ਨ ਆ। ਜਨਵਰੀ ਫਰਵਰੀ 'ਚ ਤੁਸੀਂ ਇੱਕ ਸਿੰਗਲ ਸਾਲਟ ਵਾਲੀ ਕਰੋ, ਪਹਿਲਾਂ ਟੈਬੂਕੋਨਾਜੋਲ ਲੈ ਲਓ, ਜਿਹੜੀ ਨੈਕਸਟ ਸਪਰੇਅ ਆਪਾਂ ਦੂਸਰੀ ਕਰਾਂਗੇ ਨਸਾਰੇ ਵੇਲੇ, ਉਹਦੇ ਟੈਬੂਕੋਨਾਜੋਲ ਪਲੱਸ ਇੱਕ ਹੋਰ ਫੰਗੀ ਸਾਈਡ 2 ਸਾਲਟਾਂ ਵਾਲਾ ਉਹਦੀ ਕਰਾਂਗੇ। ਇਹਨਾਂ ਦੇ ਰਿਜ਼ਲਟ ਤਾਂ ਯਾਰ ਮਿਲਦੇ ਆ, ਮੈਂ ਤੁਹਾਨੂੰ ਤਾਂ ਹੀ ਵਾਰੀ ਵਾਰੀ ਕਹਿਣਾ। ਹੁਣ ਲਾਸਟ 'ਚ ਮੈਂ ਇਹੀ ਕਹੂੰ ਕਿਸਾਨ ਵੀਰੋ, ਇਹ ਜਿਹੜੇ ਤੁਹਾਨੂੰ ਮੈਂ ਤੱਤ ਦੱਸੇ ਨੇ, ਇਹ ਕੋਈ ਜ਼ਿਆਦਾ ਕੋਸਟਲੀ ਨਹੀਂ, ਨੋਰਮਲ ਤੱਤ ਨੇ, ਜਿਹੜੇ ਕਣਕ ਨੂੰ ਵਾਧੇ ਲਈ ਉਹਦੇ ਝਾੜ ਲਈ ਬਹੁਤ ਜ਼ਰੂਰੀ ਨੇ। ਇਹਨਾਂ ਦੀ ਸਪਰੇਅ ਕਰੋਗੇ, ਤੁਹਾਡੀ ਉਹ ਵਰਾਇਟੀ ਦਾ ਜਿਹੜਾ ਵੱਧ ਤੋਂ ਵੱਧ ਝਾੜ ਹੋਊ, ਤੁਹਾਨੂੰ ਉਹ ਪ੍ਰਾਪਤ ਹੋਊਗਾ। ਹੁਣ ਕਈ ਵਾਰੀ ਵੀਰ ਪੁੱਛ ਲੈਂਦੇ ਆ, ਬਾਈ ਜੀ ਕੀ ਮੈਗਨੀਜ਼ ਵਗੈਰਾ ਦੀ ਇਹ ਧੁੰਦ 'ਚ ਸਪਰੇਅ ਕਰ ਸਕਦੇ ਹੋ? ਬਾਈ ਜੀ ਦੇਖੋ, ਮੌਸਮ ਵਧੀਆ ਹੋਵੇ ਤਾਂ ਰਿਜ਼ਲਟ ਵਧੀਆ ਮਿਲਦੇ ਆ, ਜੇ ਮੌਸਮ ਹੁਣ ਜਿਵੇਂ ਪਿਛਲੇ 30 ਦਿਨਾਂ ਤੋਂ ਮੌਸਮ ਖਰਾਬ ਆ, ਤਾਂ ਦਿਨੇ ਜਦੋਂ 12-1 ਵਜੇ ਤੁਸੀਂ ਸਪਰੇਅ ਕਰੋ, ਰਿਜ਼ਲਟ ਮਿਲਣਗੇ। ਪਾਣੀ ਤੁਸੀਂ ਘੱਟੋ ਘੱਟ 150 ਲੀਟਰ ਪ੍ਰਤੀ ਕਿੱਲੇ ਦਾ ਪਾਣੀ ਲੈ ਕੇ ਸਪਰੇਅ ਕਰੋਗੇ, ਤੁਹਾਨੂੰ ਰਿਜ਼ਲਟ ਤੁਹਾਡਾ ਝਾੜ ਵਧਣਾ ਹੀ ਵਧਣਾ ਹੈਗਾ। ਕਿੱਦਾਂ ਦੀ ਵੀਡੀਓ ਲੱਗੀ, ਵੀਡੀਓ ਸ਼ੇਅਰ ਲਾਈਕ ਕਮੈਂਟ, ਅਤੇ ਸਾਡੇ ਚੈਨਲ ਕਿਸਾਨ ਐਂਡ ਫਾਰਮਿੰਗ ਸਬਸਕ੍ਰਾਈਬ।